रुपिंदर कौर ने लगाए बस्सी पर भ्रष्टाचार के आरोप, निगम के मेयर व कमिश्नर पर भी उठाए सवाल। आखिर सील रिजॉर्ट में कैसे हुआ समारोह? एनवायरमेंट सोशल वेलफेयर सोसाइटी की चेयरपर्सन रुपिंदर कौर ने इम्प्रूवमेंट ट्रस्ट के चेयरमैन दिनेश बस्सी पर भ्रष्टाचार के आरोप लगाते हुए नगर निगम को भी घेरा। रुपिंदर कौर ने कहा कि जिस रिजॉर्ट को निगम ने सील किया हुआ था, उस रिजॉर्ट पर दिनेश बस्सी के एक रिश्तेदार की शादी का समारोह कैसे हुआ? इस रिजॉर्ट में शादी समारोह होने के बाद नगर निगम भी सवालों के घेरे में है। रुपिंदर कौर का आरोप था कि बस्सी ने अपने पद का दुरुपयोग कर ऐसा किया है। वहीं इस पर करमजीत सिंह रिंटू ने कहा कि उन्हें अगर कोई लिखित शिकायत आती है तो वह कार्रवाई करेंगे, इससे ज़्यादा वह कुछ नहीं कहेंगे। वहीं दिनेश बस्सी ने इन आरोपों को निराधार बताया। अब सुनिए क्या कहती हैं रुपिंदर कौर और दिनेश बस्सी। ਮੈਮ ਕਿਸ ਬੰਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ? ਇਹ ਜਿਹੜੀ ਪ੍ਰੈਸ ਕਾਨਫਰੰਸ ਆ ਸੀ, ਜਿਹੜੇ ਚਾਰ ਰਿਜ਼ੋਰਟ ਬੰਦ ਹੋਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਲੀਲੀ ਰਿਜ਼ੋਰਟ ਆ ਜਿਹਦੇ ਵਿੱਚ ਦਿਨੇਸ਼ ਬੱਸੀ ਨੇ ਆਪਣੇ ਭਤੀਜੇ ਦੀ ਮੈਰਿਜ ਕੀਤੀ ਗਈ ਆ, ਤਾਂ ਉਸ ਬੰਦ ਵਿੱਚ ਕੀਤੀ ਆ। ਸਰਾਸਰ ਜਿਹੜਾ ਇਹ ਕਰਪਸ਼ਨ ਦਾ ਕੇਸ ਹੈ ਜੀ। ਇੱਕ ਬੰਦ ਰਿਜ਼ੋਰਟ ਸੀਲ ਕੀਤਾ, ਰਿਜ਼ੋਰਟ ਦੋ ਵਾਰੀ ਸੀਲ ਹੋਇਆ ਜਿਹਦੇ ਉੱਤੇ ਇੱਕ ਐਫ ਆਈ ਆਰ ਵੀ ਹੋਈ, ਔਰ ਇਹ ਸਾਰੀ ਜਿਹੜੀ ਆ ਮਤਲਬ ਫਿਰ ਵੀ ਮਿਲੀ ਭੁਗਤ ਦੇ ਨਾਲ ਉੱਥੇ ਫੰਕਸ਼ਨ ਕੀਤਾ ਗਿਆ। ਇਹਨੂੰ ਸਰਾਸਰ ਅਸੀਂ ਕਰਪਸ਼ਨ ਦਾ ਇਲਜ਼ਾਮ ਦਿੰਦੇ ਹਾਂ ਕਿ ਕਿਸੇ ਹੋਰ ਰੂਪ ਦੇ ਵਿੱਚ ਦਿਨੇਸ਼ ਬੱਸੀ ਨੇ ਪੈਸਾ ਕਲੈਕਟ ਕੀਤਾ। ਸਾਨੂੰ ਹੋ ਸਕਦਾ ਮੇ ਬੀ ਸਾਰਾ ਫੰਕਸ਼ਨ ਹੀ ਉਹਨਾਂ ਫ੍ਰੀ 'ਤੇ ਕੀਤਾ ਹੋਵੇ। ਸਾਡੇ ਵੱਲੋਂ ਦੇਖੋ ਜੀ, ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਸੀ ਐੱਮ ਸਾਹਿਬ ਨੂੰ ਅਸੀਂ ਸ਼ਿਕਾਇਤ ਭੇਜਤੀ ਆ। ਅਸੀਂ ਇਹ ਮੰਗ ਕਰਦੇ ਹਾਂ ਕਿ ਦਿਨੇਸ਼ ਬੱਸੀ ਨੂੰ ਉਹਦੇ ਅਹੁਦੇ ਤੋਂ ਹਟਾਇਆ ਜਾਵੇ, ਔਰ ਈਵਨ ਕੋਮਲ ਮਿੱਤਲ ਦੇ ਉੱਪਰ ਅਤੇ ਮੇਅਰ ਰਿੰਟੂ ਦੇ ਉੱਪਰ ਵੀ, ਜਿਹੜੇ ਹੈਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਆ ਉਹਨਾਂ ਦੇ ਉੱਪਰ, ਔਰ ਜਿਹੜੇ ਰਿੰਟੂ ਕਰਮਜੀਤ ਸਿੰਘ ਰਿੰਟੂ ਜਿਹੜੇ ਸਾਡੇ ਮੇਅਰ ਨੇ, ਉਹਨਾਂ ਨੂੰ ਵੀ ਇਨਵੀਟੇਸ਼ਨ ਗਿਆ। ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਜਿਸ ਤਰ੍ਹਾਂ ਕਬੂਤਰ ਆਪਣੀਆਂ ਅੱਖਾਂ ਬੰਦ ਕਰ ਲੈਂਦਾ। ਅਸੀਂ ਉਹਨਾਂ 'ਤੇ ਵੀ ਕਾਰਵਾਈ ਦੀ ਮੰਗ ਕਰਦੇ ਹਾਂ। ਇਹਦੇ ਵਿੱਚ ਦੇਖੋ ਜੀ, ਸ਼ਰੇਆਮ ਕਾਰਪੋਰੇਸ਼ਨ ਕਮਿਸ਼ਨਰ ਔਰ ਆਪਣੇ ਮੇਅਰ ਸਾਹਿਬ ਔਰ ਇਹ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਾਰੇ ਇਨਵੋਲਵ ਆ। ਨਮਸਕਾਰ ਜੀ, ਮੈਂ ਪਬਲਿਕ ਜਲਾਸਾ ਚੈਨਲ ਤੋਂ ਰਾਜੇਸ਼ ਅਰੋੜਾ ਬੋਲ ਰਿਹਾ। ਮੇਰੀ ਗੱਲ ਦਿਨੇਸ਼ ਬੱਸੀ ਜੀ ਨਾਲ ਹੋ ਰਹੀ ਹੈ? ਹਾਂਜੀ, ਨਮਸਕਾਰ ਸ਼ਰਮਾ ਜੀ, ਕੀ ਹਾਲ ਹੈ? ਅਰੋੜਾ ਬੋਲ ਰਿਹਾ ਜੀ, ਰਾਜੇਸ਼ ਅਰੋੜਾ। ਹਾਂਜੀ ਅਰੋੜਾ ਜੀ, ਕੀ ਹਾਲ ਹੈ? ਫਸਟ ਕਲਾਸ। ਅੱਜ ਨਾ ਇੱਕ ਰੁਪਿੰਦਰ ਕੌਰ ਹੈ ਮੈਡਮ, ਉਹਨਾਂ ਨੇ ਤੁਹਾਡੇ ਖਿਲਾਫ ਭ੍ਰਿਸ਼ਟਾਚਾਰ ਦੇ ਆਰੋਪ ਲਾਏ ਨੇ, ਕਿਹਾ ਕਿ ਸੀਲ ਕੀਤੇ ਹੋਏ ਰਿਜ਼ੋਰਟ ਦੇ ਵਿੱਚ ਤੁਹਾਡੇ ਭਤੀਜੇ ਦੀ ਸ਼ਾਦੀ ਕੀਤੀ ਗਈ ਹੈ, ਉਹਦੇ 'ਚ ਰਾਜਨੀਤਿਕ ਦਬਾਅ ਦੇ ਨਾਲ ਉਹ ਜਿਹੜਾ ਸੀਲ ਕੀਤਾ ਰਿਜ਼ੋਰਟ ਉਹ ਖੋਲਿਆ ਗਿਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੇਰੇ ਭਾਂਜੇ ਦੀ ਸ਼ਾਦੀ ਸੀ ਜੀ, ਔਰ ਸੈਕਿੰਡਲੀ ਮੈਂ ਉਹਦੇ ਚ ਕੀ ਭ੍ਰਿਸ਼ਟਾਚਾਰ ਕੀਤਾ ਮੈਨੂੰ ਤੇ ਨਹੀਂ ਸਮਝ ਆਈ। ਉਹਨਾਂ ਦਾ ਆਰੋਪ ਸੀ ਕਿ ਸੀਲ ਕੀਤਾ ਹੋਇਆ ਸੀ ਰਿਜ਼ੋਰਟ, ਉਹ ਤੁਹਾਡੇ ਦਬਾਅ ਨਾਲ ਖੋਲਿਆ ਗਿਆ, ਔਰ ਤੁਸੀਂ ਅੰਡਰ ਦੀ ਟੇਬਲ ਇਹੀ ਇੱਕ ਸਮਾਰੋਹ ਦਾ ਖਰਚ ਉਹਨਾਂ ਤੇ ਪਾਇਆ ਤੇ ਭ੍ਰਿਸ਼ਟਾਚਾਰ ਕੀਤਾ। ਵਾਏ, ਮੈਂ ਉਹਨਾਂ ਨੂੰ ਪੇਮੈਂਟ ਦਿੱਤੀ ਆ, ਮੇਰੇ ਕੋਲ ਬਿੱਲ ਆ ਜੀ, ਠੀਕ ਹੈ ਨਾ, ਮੈਂ ਇਹਨਾਂ ਨੂੰ ਸਾਰਾ ਕੁਛ ਬਾਏ ਚੈੱਕ ਹੀ ਪੇਮੈਂਟਾਂ ਕੀਤੀਆਂ ਹੋਈਆਂ ਜੀ ਜੀ ਜੀ। ਪਰ ਸੈਕਿੰਡਲੀ ਮੈਂ ਨਹੀਂ ਕੀਤੀ, ਨਾ ਤੇ ਮੈਂ ਕੋਈ ਪੇਮੈਂਟ ਕੀਤੀ ਤੇ ਨਾ ਮੇਰਾ ਕੋਈ ਫੰਕਸ਼ਨ ਸੀ। ਮੈਂ ਤੇ ਮੇਰੇ ਭਾਂਜੇ ਦਾ ਵਿਆਹ ਸੀ, ਲੜਕੀ ਵਾਲਿਆਂ ਨੇ ਬੁੱਕ ਕਰਾਇਆ ਤੇ ਇਹਨਾਂ ਨੇ ਬੁੱਕ ਕੀਤਾ ਜੀ, ਉਹਦੇ ਚ ਮੇਰਾ ਕੀ ਹੈ ਜੀ? ਪਰ ਚੇਅਰਮੈਨ ਸਾਹਿਬ, ਕਿਤੇ ਨਾ ਕਿਤੇ ਗੱਲ ਤੇ ਤੁਹਾਡੇ ਨੋਟਿਸ ਵੀ ਸੀ ਕਿ ਇਹ ਸੀਲ ਕੀਤਾ ਗਿਆ ਨਗਰ ਨਿਗਮ ਵੱਲੋਂ, ਤੇ ਉੱਥੇ ਫੰਕਸ਼ਨ ਜੀ ਮੇਰਾ ਕੱਲੇ ਦਾ ਥੋੜੀ ਫੰਕਸ਼ਨ ਹੋ ਰਿਹਾ ਜੀ, ਰੋਜ਼ ਉੱਥੇ ਫੰਕਸ਼ਨ ਹੋ ਰਿਹਾ ਜੀ ਜੀ ਜੀ, ਅੱਜ ਵੀ ਫੰਕਸ਼ਨ ਹੋ ਰਿਹਾ, ਜਾ ਕੇ ਵੇਖਣਾ ਜੀ। ਤੁਹਾਡਾ ਨਕਸ਼ਾ ਇਹਦੇ ਬਾਰੇ ਕੀ ਕਹਿਣਾ ਮੈਂ? ਕੁਛ ਨਹੀਂ ਹੈ, ਇਹੋ ਜਿਹੇ ਕੋਈ ਆਰੋਪ ਨਹੀਂ, ਕੀ ਪਤਾ ਉਹਨਾਂ ਨੂੰ ਕੋਰਟ 'ਚ ਸਟੇਅ ਮਿਲਿਆ ਹੋਵੇ, ਉਹਨਾਂ ਨੇ ਕੁਛ ਰਿਲੀਫ ਲਿੱਤੀ ਹੋਵੇ। ਮੈਡਮ ਤੇ 2019 ਦੀ ਐਫ ਆਈ ਆਰ ਦਿਖਾਈ ਜਾ ਰਹੀ, ਉਸ ਤੋਂ ਬਾਅਦ ਕਈ ਫੰਕਸ਼ਨ ਹੋਏ 2019 ਤੋਂ ਬਾਅਦ, ਮੈਡਮ ਵੀ 4 ਫੰਕਸ਼ਨ ਅਟੈਂਡ ਕਰਕੇ ਆਏ ਹੋਣ ਜੀ। ਧੰਨਵਾਦ ਜੀ, ਧੰਨਵਾਦ।